ਤੇਰੀ ਵਡਿਆਈ ਕੋ ਨਾਮ ਅਡਾੜ ਮੇਰਾ ਵਾਹਿਗੁਰੂ। ਸਲੋਕ ਮਹਲਾ ਦੂਜਾ ਆਪੇ ਜਾਣੀ ਕਰੇ ਆਪ ਆਪੇ ਆਣੇ ਰਾਸ ਦੱਸੇ ਅੱਗੇ ਨਾਨਕਾ ਖਰੇ ਕੀਤੇ ਅਰਦਾਸ ਅਰਦਾਸ ਬੇਨਤੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਸ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪੌੜੀ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲੈ ਧਿਆਈ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਆ ਜਿਸ ਉਠਿਆ ਸਤਿਗੁਰ ਜਾਏ ਸਤਿਗੁਰ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਵੈ ਧਾਈ ਸਭ ਥਾਈ ਹੋਏ ਜੀ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਜੀ ਸਹਾਇ ਸਭ ਥਾਈ ਹੋਏ ਜੀ ਸਹਾਇ। ਦਸ ਪਾਤਸ਼ਾਹਿਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੇ ਦਾਰਿਆਂ ਦਾ ਧਿਆਨ ਕਰ ਬੋਲਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਐਸੀ ਲਾਲ ਕੁਝ ਬਿਨ ਕਵਨ ਕਰੇ ਗਰੀਬ ਵਾਜ ਦਸੀਆਂ ਮੇਰਾ ਮਾਥੇ ਛਤਰ ਧਰੇ ਜਾਂ ਕਿਸ਼ੋਤ ਜਗਤ ਕੋ ਲਾਗੈ ਨਾ ਪਰ ਤੁਹੀ ਤਰੇ ਨੀਚੋ ਊਚ ਕਰੇ ਮੈਂ ਗੋਬਿੰਦ ਨਾਮ ਤੇ ਅਡਰ ਨਾਮ ਦੇਵ ਕਬੀਰ ਕਰੋਚਨ ਸਦਨਾ ਸਹਿਨ ਕਰੇ ਕਹੇ ਰਵਿਦਾਸ ਸੁਣੋ ਰੇ ਸੰਤੋ ਹਰ ਜੀਉ ਦੇ ਸਭ ਸਰੇ ਦੇ ਮਹਾਂਵਾਕ ਅਨੁਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਨੇਕ ਕਮਾਈ ਦਾ ਧਿਆਨ ਕਰ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਰੇ ਮੁਕਤੇ ਹੱਡੀਆਂ ਜੰਮੀਆਂ ਕੰਮੀਆਂ ਜਿਹਨਾਂ ਸੰਘਾਂ ਸੰਘਣੀਆਂ ਘਰ ਰਹੇ ਸੀ ਦਿੱਤੇ ਬੰਦ ਬੰਦ ਕਰਵਾਏ ਟੋਕਰੀਆਂ ਮੁਹਾਈਆਂ ਚਰਖਰੀਆਂ ਦੀ ਚੜੀ ਤਨ ਆਣਿਆਂ ਨਾਲ ਕਰਵਾਏ ਗਏ ਗੁਰਦੁਆਰਿਆਂ ਦੇ ਸ਼ਰਧਾਲ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਾ ਕੇਸਾ ਸਵਸਾ ਸੰਗ ਨਿਭਾਇਆ ਇਹਨਾਂ ਪਿਆਰਿਆਂ ਸਜਿਆਣਿਆਂ ਸੰਤਾਂ ਭਗਤਾਂ ਮਹਾਂਪੁਰਸ਼ਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਨੇਕ ਕਮਾਈ ਦਾ ਧਿਆਨ ਕਰ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪੰਜਾਂ ਪਟਕਾਂ ਸਰਬੱਤ ਗੁਰਦੁਆਰਿਆਂ ਰਹਿਬਰ ਸਤਿਗੁਰ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਸ੍ਰੀ ਗੋਵਰਧਨਪੁਰ ਕਾਛੀ ਸਾਹਿਬ ਹਰਿਦੁਆਰ ਸਾਹਿਬ ਚਰਨ ਕੰਗਾ ਅਖਬਾਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਦੇ ਦਾਰਿਆਂ ਦਾ ਧਿਆਨ ਕਰ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪ੍ਰਤਵਾਨ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ। ਜਿਤ ਆਵੈ ਜਿਤ ਆਵਣ ਦਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਵ ਦੇ ਫਤਿਹ ਵਿਰਧ ਦੀ ਪੈਜ ਪੰਥ ਕੀ ਜੇਸ ਗੁਰੀ ਸਾਹਿਬ ਦੀ ਸਹਾਈ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਨ ਇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਮਾਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਕਿਉਂਕੀਆਂ ਝੰਡੇ ਹੁੰਦੇ ਜੁਗੋ ਜੁਗ ਅਟਲ ਧਰਮ ਦਾ ਜਗਤਾਰ ਹੋ ਗਏ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖਣਾ ਆਪ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਮਨ ਦੇ ਸਦਾ ਸਹਾਇਤਾ ਕਾਰ ਜੀ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਧਾਮ ਜਿਹਨਾਂ ਕੋਲ ਖਾਲਸਾ ਸਾਹਿਬ ਜੀ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਲਾਲ ਸੇਵਾ ਸੰਭਾਲ ਦਾ ਦਾਨ ਗੁਰੂ ਖਾਲਸਾ ਸਾਹਿਬ ਜੀ ਨੂੰ ਬਖਸ਼ੋ। ਸਤਿਗੁਰੂ ਨੇ ਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਸਤਿਗੁਰੂ ਨੇ ਧਨਿਆਂ ਦੇ ਧਨ ਸਤਿਗੁਰੂ ਨੇ ਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਜੀ
आप जी के महाप्रभ अनुसार बाणी गुरु गुरु है बाणी व्यक्त बाणी अमृत सारे गुरबाणी कहे सेवक जन माना पर तख गुरु निस्तारे लाख खुशियां पाप शाहियां जे सतगुरु नगर करे निमट एक हर नाम दे मेरा मन तन सीत हो जे महाप्रभ अनुसार पातशाह जी आप जी भी चरण सेवक नगर खेड़े गेड़े की सात संगत पिंड दादू बहादुर धन धन साहिब श्री गुरु रामदास महाराज जी आप जी के अवतार गुरु दिया खुशियां नूं मुख रखदे होए पातशाह जी पासों रोज तो आप जी की रबी बाणी आनाही बाणी धुरती बाणी आई तन सदली चित मटाई जी दे अखंड पाठ साहिब दे जपा जपा करम संत पातशाह जी आप तो मन मात को निर्गुण से संपूर्ण भूत पाई है उस को उपरंत आप जी के गुरु स्वरूप बार पंडाल में सजाए गए हैं पातशाह जी आप जी के रागी सिंघा ने निर्गुण गुरबाणी के कीर्तन कीते पातशाह जी आप जी का गुरबाणी का कीर्तन करते हैं पातशाह जी आप जी के रागी सिंघा करते हैं मैं भूलना हो जा हूं आप जी ने अज्ञान बचे समझ माफ करना अगले मुश्किल स्पष्ट गुरबाणी के कीर्तन करने वाले बख्शने दर प्रवान कीर्तन का फल पातशाह जी आप जी ने नगर खेड़े डेरे दिया संतान वर्षिश करना पातशाह जी इसे ही खुशियां मुख रखने का पातशाह जी आप जी ने संतान वरु आप की हर गुरु के कीर्तन कीते गहन पातशाह जी आप जी ने दर प्रवान करने पातशाह जी आप जी के फल आप जी ने अपने संतान वर्षिश करना ਬੱਚਿਆਂ ਦੇ ਸਿਰ ਤੇ ਮੇਰ ਭਜਾ ਹੱਥ ਰੱਖਣਾ ਦੇਸਾਂ ਪ੍ਰਦੇਸਾਂ ਵਿੱਚ ਸਹਾਇਤਾ ਕਰਨੀ ਕੁਝ ਕਮਾਈਆਂ ਵਿੱਚ ਵਾਧੇ ਬੋਲੇ ਪਾਤਸ਼ਾਹ ਜੀ ਇਸੇ ਖੁਸ਼ੀਆਂ ਨੂੰ ਮੁੱਖ ਰੱਖਦਾ ਹੋਇਆ ਆਪ ਜੀ ਦੇ ਗੁਰਮੁਖ ਪਰਿਵਾਰ ਸ੍ਰੀ ਹਰਮੇਰ ਚੰਦ ਜੀ ਲੰਬੜ ਵਾਲ ਵੱਲੋਂ ਪਾਤਸ਼ਾਹ ਜੀ ਆਪ ਜੀ ਦੇ ਸੁੰਦਰ ਦੇ ਸ਼ਾਲੇ ਬੇਅੰਤ ਮਾਇਆ ਤੇ ਸੁਰੂਕਾਂ ਦਾ ਪ੍ਰਸ਼ਾਦ ਹਾਜ਼ਰ ਕੀਤਾ ਹੈ ਪਾਤਸ਼ਾਹ ਜੀ ਆਪ ਜੀ ਨੇ ਗੁਰਮੁਖ ਪਰਿਵਾਰ ਦੀ ਸੇਵਾ ਦਾ ਪ੍ਰਵਾਨ ਕਰਨੀ ਜਿਹੜਾ ਖਜ਼ਾਨਿਆਂ ਨੂੰ ਵਿਸ਼ਾਲੇ ਮਾਇਆ ਤੇ ਫਲਾਂ ਦਾ ਪ੍ਰਸ਼ਾਦ ਹੈ ਸੂਖ ਖਜ਼ਾਨੇ ਭਰਪੂਰ ਕਰਨੇ ਸੇਵਕ ਪਰਿਵਾਰ ਦੀਆਂ ਮਨੋ ਕਾਮਨਾ ਪੂਰਨ ਕਰਨੀਆਂ ਜੋ ਵੀ ਮਨੋ ਭਾਵਨਾ ਨਾਲ ਗੁਰਮੁਖ ਪਰਿਵਾਰ ਨੂੰ ਸੇਵਾ ਕੀਤੀ ਗਈ ਇਸ ਨੂੰ ਆਪ ਜੀ ਨੇ ਮਨੋ ਭਾਵਨਾ ਸੰਪੂਰਨ ਕਰਨੇ ਗੁਰਮੁਖ ਪਰਿਵਾਰ ਦੇ ਕਰ ਸੁਹੇਲੇ ਕਰਨੇ ਬੱਚਿਆਂ ਦੇ ਤੰਦਰੁਸਤੀ ਨਾਮ ਨਾਲ ਨੂੰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਇਸੇ ਹੀ ਤਰ੍ਹਾਂ ਆਪ ਜੀ ਦੀ ਸੰਗਤ ਕਲੋਨੀ ਵਾਲੀ ਸੰਗਤ ਤੋਂ ਪਾਤਸ਼ਾਹ ਜੀ ਆਪ ਜੀ ਵਿਦੇਸ਼ਾਲੇ ਦੇ ਬਿਆਨ ਮਾਇਆ ਭੇਜਾ ਕੀਤੀਏ ਆਪ ਜੀ ਨੇ ਉਹਨਾਂ ਸੰਗਤਾਂ ਦੀ ਵੀ ਸੇਵਾ ਦਾ ਪ੍ਰਵਾਨ ਕਰਨੀ ਜਿਹਨਾਂ ਖਜ਼ਾਨੇ ਦੇ ਵਿਦੇਸ਼ਾਲੇ ਤੇ ਮਾਇਆ ਸੋ ਖਜ਼ਾਨੇ ਭਰਪੂਰ ਕਰਨ ਸਰਬੱਤ ਸੰਗਤ ਦੇ ਸਿਰ ਦੇ ਮੇਰ ਭਰਿਆ ਹੱਥ ਰੱਖਣਾ ਪ੍ਰੇਮ ਭਾਵਨਾ ਤੇ ਕਰਤਾ ਬਖਸ਼ਿਸ਼ ਕਰਨੀ ਸਰਬੱਤ ਸੰਗਤ ਨੂੰ ਸਰਬੱਤ ਸੰਗਤ ਦੇ ਪ੍ਰਾਰਥਨਾ ਦਾਸ ਕਰਨੇ ਬੱਚਿਆਂ ਦੇ ਤੰਦਰੁਸਤੀ ਨਾਮ ਦਾ ਗੁਰ ਸਿੱਖੀ ਜੀਵਨ ਉਹ ਕਮਾਈਆਂ ਵਿੱਚ ਵਾਧੇ ਪਾਉਣੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਆਪ ਜੀ ਦੇ ਪਰਮ ਸੇਵਕ ਸ਼੍ਰੀ ਮਲਕੀਤ ਰਾਮ ਜੀ ਵੱਲੋਂ ਪਾਤਸ਼ਾਹ ਜੀ ਆਪ ਜੀ ਨੂੰ ਨਿਸ਼ਾਲਾ ਦੇ ਬਿਆਨ ਮਾਇਆ ਭੇਜਾ ਕੀਤੀ ਹੈ ਪਾਤਸ਼ਾਹ ਜੀ ਆਪ ਜੀ ਨੇ ਗੁਰਮੁਖ ਪਰਿਵਾਰ ਦੀ ਸੇਵਾ ਦਾ ਪ੍ਰਵਾਨ ਕਰਨ ਲਈ ਜਿਹੜਾ ਖਜ਼ਾਨੇ ਨੂੰ ਨਿਸ਼ਾਲੇ ਦੇ ਮਾਇਆ ਆਈ ਸੋ ਖਜ਼ਾਨੇ ਭਰਪੂਰ ਕਰਨੇ ਸੇਵਕ ਪਰਿਵਾਰ ਦੀਆਂ ਮਨੋ ਭਾਵਨਾ ਪੂਰਨ ਕਰਨੀਆਂ ਦੇਸਾਂ ਪ੍ਰਦੇਸਾਂ ਵਿੱਚ ਸਹਾਇਤਾ ਕਰਨੀ ਫਿਰ ਕਮਾਈਆਂ ਵਿੱਚ ਵਾਧੇ ਪਾਉਣੇ ਪਾਤਸ਼ਾਹ ਜੀ ਇਸੇ ਹੀ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਇਆ ਆਪ ਜੀ ਦੀ ਨਗਰ ਖੇੜੇ ਦੇਰੀ ਦੀ ਸਰਬੱਤ ਸੰਗਤ ਵੱਲੋਂ ਪਾਤਸ਼ਾਹ ਜੀ ਆਪ ਜੀ ਦੇ ਘਰ ਦੇ ਬੇਅੰਤ ਦੇ ਧਾਵਾਂ ਹਾਜ਼ਰ ਕੀਤੀਆਂ ਨੇ ਆਪ ਜੀ ਦੇ ਦਰ ਪ੍ਰਵਾਨ ਕਰ ਲਿਆ ਜਿਹਨਾਂ ਖਜ਼ਾਨੇ ਕੋਲ ਵੀ ਧਾਵਾਂ ਜਾਂ ਸੋ ਖਜ਼ਾਨੇ ਭਰਪੂਰ ਕਰ ਲਏ ਸਰਬੱਤ ਸੰਗਤ ਦੇ ਨਾਮ ਦੇ ਰਾਸ ਕਰ ਲਏ ਸਰਬੱਤ ਸੰਗਤ ਦੇ ਸਿਰ ਤੇ ਮੇਰ ਭਰੇ ਹੱਥ ਰੱਖਣਾ ਪ੍ਰੇਮ ਭਾਵਨਾ ਦੇ ਕਰਤਾ ਬਖਸ਼ਿਸ਼ ਕਰਨੀ ਦੇਸਾਂ ਪ੍ਰਦੇਸਾਂ ਦੀ ਸਹਾਇਤਾ ਕਰਨੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਪਾਤਸ਼ਾਹ ਜੀ ਭੁੱਲਣ ਅੰਦਰ ਸਭ ਲੋਕ ਭੁੱਲ ਗੁਰੂ ਕਰਤਾਰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਉਹਨ ਹਮਾਰੇ ਦਇਆ ਰੂਪ ਸੁਮੇਹਰ ਕੋ ਪਾਵਿਓ ਦੁਬਲੇ ਪਥਰ ਤਾਰੇ ਜੀਰਾ ਕਨ ਬਰਾਬਰ ਕਰਦੇ ਧੀ ਤੋਂ ਵੱਡੇ ਬਾਣੀ ਪ੍ਰਭ ਨਾਲ ਹੁਕਮ ਪਛਾਰੇ ਸੁਖ ਹੋਵੇ ਨਿਰਾਤੇ ਦੇ ਮਹਾਵਾਕ ਅਨਸਾਰ ਪਾਤਸ਼ਾਹ ਜੀ ਆਪ ਜੀ ਦੀਆਂ ਸੰਗਤਾਂ ਕੋਲੋਂ ਕੋਈ ਵੀ ਭੁੱਲ ਚੁੱਕ ਹੋਈ ਹੋਵੇ ਤੇ ਆਪ ਜੀ ਨੇ ਮਾਫ਼ ਕਰਕੇ ਪਾਤਸ਼ਾਹ ਜੀ ਆਪਣੀ ਸੰਗਤ ਨੂੰ ਆਪਣੇ ਚਰਨਾਂ ਵਿੱਚ ਲਾਉਣਾ ਪਾਤਸ਼ਾਹ ਜੀ ਸੇਵਾ ਕਰਨ ਦੀ ਬਾਤ ਰੂਹੀ ਬਖਸ਼ਿਸ਼ ਕਰਨੀ ਆ ਸਰਬੱਤ ਸੰਗਤ ਦੇ ਕਾਰਜ ਰਾਸ ਕਰਨੇ ਪਾਤਸ਼ਾਹ ਜੀ ਇਸ ਵੇਲੇ ਸਰਬੱਤ ਸੰਗਤ ਨੂੰ
पवित्र वाणी में जो पवित्र हुक्म नामे बख्शिश वाले हुक्म नामे देखने के बाद बख्शे बादशाह जी ऐसे हम आगे बख्शिश करो ते श्री श्री सत गुरुओं में बैठे रहना बिना मुद्दिया सब ही आपकी का नाम जत अब नाम नाम कभी कराते पानी वाहिगुरु जी का खालसा वाहिगुरु जी की फतेह दुखड़ा आग्या भैया काल की कबे चलायो अंग सब सिखन को हुक्म है गुरु माने हो ग्रंथ गुरु ग्रंथ जी माने हो वाहिगुरा की जय जो मत को मिल हो चाहे शब्द महले राज करेगा खालसा अपनी रहे न कोई वार हुए सब मिलेंगे बजे शर्म जो हो ऐसा चाहूं राज में जहां मिले सबन को अन्न शोर बढ़े सब सम्म से रविदास रहे गुरु नाम जहाज है करे सो करे पार जो शर्मा पर सेवते वही गुरु पार उतार हार जो शर्मा पर सेवते वही गुरु पार उतार हार आसो हीरा चाट के बढ़े आन की आस तेरा रोज चाहिए वाहिगुरु जी का खालसा